ਸਾਰੀ ਸੰਗਤ ਦੀ ਹਜ਼ੂਰੀ 'ਚ ਅਤੇ ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਸਿੰਘ ਸਾਹਿਬ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਇਤਿਹਾਸ 'ਚ ਕੁਛ ਸ਼ਖਸ਼ੀਅਤਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਪ੍ਰੇਰਨਾ ਅਤੇ ਸੇਧ ਦਿੰਦੀਆਂ ਜਾਂ ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਅਤੇ ਸੇਧ ਲੈਂਦੇ ਹਾਂ। ਕੁਛ ਸ਼ਖਸ਼ੀਅਤਾਂ ਹੁੰਦੀਆਂ ਜਿਨ੍ਹਾਂ ਦੀ ਬੁੱਤ ਪ੍ਰਸਤੀ ਕੀਤੀ ਜਾਂਦੀ ਆ, ਪਰ ਇਤਿਹਾਸ ਦੀ ਸ਼ਖਸ਼ੀਅਤ ਜਿਨ੍ਹਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਆ, ਸਾਡੇ ਦਿਲਾਂ 'ਚ ਵੱਸਦੀ ਆ, ਉਹ ਹਮੇਸ਼ਾ ਪ੍ਰੇਰਨਾ ਅਤੇ ਸੇਧ ਦੇਊਗੀ ਸਾਨੂੰ। ਅਤੇ ਸਿੰਘ ਸਾਹਿਬ ਤਾਂ ਸਾਡੇ ਨਾਲ ਬੈਠੇ ਆ, ਅਤੇ ਇਹੋ ਜਿਹੀਆਂ ਰੂਹਾਂ ਜਦੋਂ ਸਾਡੇ ਕੋਲ ਹੋਣ ਜਿਨ੍ਹਾਂ ਤੋਂ ਪ੍ਰੇਰਨਾ ਅਤੇ ਸੇਧ ਮਿਲਦੀ ਆ, ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ। ਤੁਸੀਂ ਇੱਥੇ ਆਏ ਹੋ, ਸਾਨੂੰ ਹੌਸਲਾ ਅਫਜ਼ਾਈ ਦਿੱਤੀ ਆ, ਹੱਲਾਸ਼ੇਰੀ ਦਿੱਤੀ ਆ, ਸੋ ਬੜਾ ਮਾਣ ਮਹਿਸੂਸ ਕਰਦੇ ਹਾਂ। ਅਸੀਂ ਤੁਹਾਡੇ ਤੋਂ ਬੜਾ ਕੁਛ ਸਿੱਖਣਾ ਸਿੱਖਦੇ ਹਾਂ ਅਤੇ ਉਹਨਾਂ ਰਾਹਾਂ 'ਤੇ ਚੱਲਣ ਦੀ ਕੋਸ਼ਿਸ਼ ਵੀ ਕਰਾਂਗੇ। ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਸੀ ਜਿਹੜੀਆਂ ਮੈਂ ਸਮਝਦਾ ਬੜੀਆਂ ਜ਼ਰੂਰੀ ਆ। ਪੰਜਾਬ ਜਾਂ ਕਿਸਾਨੀ, ਸਾਰੇ ਸਾਡੇ ਕਿਸਾਨ ਅਤੇ ਮਜ਼ਦੂਰ, ਇਹ ਸਿਰਫ ਆਰਡੀਨੈਂਸਿਸ ਦੀ ਲੜਾਈ ਨਹੀਂ ਲੜ ਰਹੇ। ਪੰਜਾਬ ਅੱਜ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਬਾਕੀ ਸੂਬਿਆਂ ਤੋਂ। ਸਾਡੀ ਪੋਜੀਸ਼ਨ, ਸਾਡੀ ਸਥਿਤੀ ਥੋੜ੍ਹੀ ਜਿਹੀ ਵੱਖਰੀ ਆ। ਵੱਖਰੀ ਆਏ ਹਾਂ, ਸਾਡੇ ਤੋਂ ਸਾਡੀ ਧਰਤੀ ਖੋਹਣ ਦੀ ਸਾਜ਼ਿਸ਼ ਰਚੀ ਜਾ ਰਹੀ ਆ। ਹਾਲਾਂਕਿ ਇਹ ਸਾਜ਼ਿਸ਼ ਪਿਛਲੇ  40, 50, 60 ਜਾਂ 70 ਸਾਲਾਂ ਤੋਂ ਰਚੀ ਜਾ ਰਹੀ ਆ, ਪਰ ਹੁਣ ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਆ ਗਈ ਆ। ਇੱਕ ਰੂਪ ਉਹਦਾ ਤੁਸੀਂ ਸਾਡੇ ਨਾਲ ਗੱਲਾਂ ਕਰਕੇ ਗਏ ਹੋ, ਸਾਨੂੰ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਆ। ਪ੍ਰਵਾਸ ਬਹੁਤ ਵੱਡਾ ਮਸਲਾ ਪੰਜਾਬ ਲਈ। ਪ੍ਰਵਾਸ ਕਿਉਂ ਹੋ ਰਿਹਾ? ਅਸੀਂ ਉਹਨਾਂ ਹਾਲਾਤਾਂ ਨਾਲ ਹਜੇ ਤੱਕ ਮੁਖਾਤਮ ਹੀ ਨਹੀਂ ਹੋਏ। ਸਾਡੀ ਕੋਈ ਯੂਨੀਵਰਸਿਟੀ, ਕਿਸੇ ਵਿੱਦਿਅਕ ਅਦਾਰੇ ਨੇ, ਕਿਸੇ ਬੁੱਧੀਜੀਵੀ ਨੇ ਇਸ 'ਤੇ ਗੱਲ ਹੀ ਨਹੀਂ ਕੀਤੀ। ਇੱਥੋਂ ਸਾਡੇ ਸਮਾਜ ਦਾ ਬਣਤਰ ਵੀ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ ਉਹ ਸਮਝ ਆ ਜਾਂਦੀ ਹੈ। ਸਾਡੇ ਪ੍ਰਵਾਸ ਲਗਾਤਾਰ ਸਾਨੂੰ ਸਾਡੀ ਧਰਤੀ ਨਾਲੋਂ ਤੋੜ ਰਿਹਾ, ਸਾਡੀਆਂ ਜੜ੍ਹਾਂ ਨਾਲੋਂ ਤੋੜ ਰਿਹਾ। ਉਸੇ ਤਰ੍ਹਾਂ ਸਰਕਾਰ ਜਾਂ ਸਰਕਾਰਾਂ ਦੀਆਂ ਸਮੇਂ ਤੋਂ ਸਰਕਾਰਾਂ ਦੀਆਂ ਨੀਤੀਆਂ ਨੇ ਸਾਨੂੰ ਸਾਡੀ ਧਰਤੀ ਨਾਲੋਂ ਅਤੇ ਸਾਡੇ ਫਲਸਫੇ ਨਾਲੋਂ ਤੋੜਿਆ। ਇਹ ਪ੍ਰਤੱਖ ਰੂਪ 'ਚ ਇਹਨਾਂ ਆਰਡੀਨੈਂਸਿਸ ਦੇ ਥਰੂ ਸਾਡੇ ਸਾਹਮਣੇ ਆ ਗਈ ਆ ਗੱਲ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਸਾਡੀਆਂ ਰੂਹਾਂ 'ਚ ਵੱਸਦਾ, ਜਿਵੇਂ ਮੈਂ ਹਮੇਸ਼ਾ ਸੰਗਤ ਨਾਲ ਇਹ ਗੱਲ ਸਾਂਝੀ ਕਰਦਾ ਹੁੰਦਾ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਪਾਂਧੇ ਦੀ ਫੱਟੀ 'ਤੇ ਏਕ ਮਕਾਰ ਵਾਹਤਾ ਸੀ, ਉਦਾਂ ਹੀ ਇੱਕ ਕੌਮ ਦੀ ਵਿਲੱਖਣਤਾ, ਸਾਡੀ ਕੌਮ ਦੀ ਖੁਦਮੁਖਤਿਆਰੀ ਅਤੇ ਸਾਡੀ ਕੌਮ ਦਾ ਸਟੇਟਹੁੱਡ ਡਿਸਾਈਡ ਕਰਤਾ ਸੀ। ਸਾਡੇ 'ਚ ਸੋਵਰਨਿਟੀ ਦੀ ਭਾਵਨਾ, ਆਜ਼ਾਦੀ ਦੀ ਭਾਵਨਾ ਉਦਾਂ ਹੀ ਦੇਤੀ ਸੀ। ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨ੍ਹਾ ਕਰਤਾ ਸੀ, ਉਦਾਂ ਹੀ ਅਸੀਂ ਸਿਸਟਮ ਨੂੰ ਜਾਂ ਮੰਨੀਆਂ ਹੋਈਆਂ ਧਾਰਨਾਵਾਂ ਨੂੰ, ਜਿਹੜੀਆਂ ਸਾਡੇ ਮਨਾਂ 'ਤੇ ਮਾਨਸਿਕ ਤੌਰ 'ਤੇ ਸਾਡੇ ਉੱਤੇ ਗਲਬਾ ਪਾਉਂਦੀਆਂ ਸੀ, ਉਹਨਾਂ ਦਾ ਖੰਡਨ ਸ਼ੁਰੂ ਕਰਤਾ ਸੀ। ਇਸੇ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਹੁਣ ਜਿਵੇਂ ਅਸੀਂ ਸਾਡੀ ਧਰਤੀ ਨਾਲ ਜੁੜੇ ਹਾਂ, ਅਸੀਂ ਤਾਂ ਦਰਜਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ, ਮਾਂ ਦਾ ਦਰਜਾ ਦਿੰਦੇ ਹਾਂ ਸਾਡੀ ਧਰਤੀ ਨੂੰ। ਗੱਲ ਸਾਡੀ ਰੂਹਾਂ ਦੀ ਆ, ਸਾਡੀ ਰੂਹਾਂ 'ਚ ਵਸੀ ਆ ਸਾਡੀ ਧਰਤੀ। ਅਤੇ ਜੇ ਸਰਕਾਰ ਨੇ ਸਮੇਂ ਤੋਂ ਸਾਡੇ ਨਾਲ ਸਾਜ਼ਿਸ਼ਾਂ ਰਚੀਆਂ, ਸਾਡੇ ਖਿਲਾਫ ਸਾਜ਼ਿਸ਼ਾਂ ਰਚੀਆਂ, ਸਾਡੇ ਇਤਿਹਾਸ 'ਤੇ ਹਮਲੇ ਕੀਤੇ, ਸਾਡੇ ਪਾਣੀਆਂ 'ਤੇ ਹਮਲੇ ਕੀਤੇ, ਸਾਡੀ ਮਾਂ ਬੋਲੀ 'ਤੇ ਹਮਲੇ ਕੀਤੇ, ਸਾਡੇ ਗ੍ਰੰਥਾਂ 'ਤੇ ਹਮਲੇ ਕੀਤੇ, ਜਾਂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਅੱਜ ਅਸੀਂ ਇਹ ਕਹਿ ਸਕਦੇ ਹਾਂ ਵੀ ਉੱਥੇ ਵੀ ਹਮਲੇ ਕਰ ਰਹੇ ਆ। ਪਰ ਇੱਕ ਗੱਲ ਸਰਕਾਰ ਦੇ ਸਮਝ 'ਚ ਆ ਗਈ, ਸਾਡੇ 'ਤੇ ਨਸ਼ੇ ਵੀ ਦਿੱਤੇ ਜਵਾਨੀ ਨੂੰ, ਬੇਰੁਜ਼ਗਾਰੀ ਵੀ ਦਿੱਤੀ, ਪਰ ਇੱਕ ਗੱਲ ਪ੍ਰਤੱਖ ਰੂਪ 'ਚ ਸਰਕਾਰ ਨੇ ਵੀ ਸਮਝ ਲਈ ਵੀ ਇਹ ਆਪਦੀ ਧਰਤੀ ਨਾਲ ਜੁੜੇ ਆ, ਇਹਨਾਂ ਦਾ ਫਲਸਫਾ ਇਹਨਾਂ ਦੀ ਧਰਤੀ 'ਚ ਪਿਆ, ਇਹਨਾਂ ਨੂੰ ਇਹਦੀ ਧਰਤੀ ਨਾਲ ਜੋੜੋ। ਜਦੋਂ ਧਰਤੀ ਨਾਲ ਟੁੱਟ ਗਏ, ਇਹਨਾਂ ਦੀ ਵਿਲੱਖਣਤਾ, ਇਹਨਾਂ ਦੀ ਖੁਦਮੁਖਤਿਆਰੀ, ਇਹਨਾਂ 'ਚ ਆਜ਼ਾਦੀ ਦੀ ਸੋਵਰਨਿਟੀ ਦੀ ਭਾਵਨਾ ਜਿਹੜੀ ਗੁਰੂ ਨਾਨਕ ਸਾਹਿਬ ਦੇ ਗਏ ਸੀ ਜਾਂ 10ਵੇਂ ਪਾਤਸ਼ਾਹ ਸਾਡੇ ਅੰਦਰ ਦੇ ਗਏ ਸੀ, ਉਹ ਟੁੱਟ ਜੂਗੀ। ਅਤੇ ਸਾਨੂੰ ਸਾਡੀ ਧਰਤੀ ਨਾਲੋਂ ਤੋੜਿਆ ਜਾ ਰਿਹਾ ਅੱਜ, ਇਸ ਕਰਕੇ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਜੀ। ਪੰਜਾਬ ਦੇ ਇਸ ਲੜਾਈ ਵਿੱਚ ਜਦੋਂ
ਜੇ ਅਸੀਂ ਸਿਰਫ ਅੱਜ ਸਾਡੇ ਇੱਕ ਹੋਰ ਅਸੀਂ ਖਤਾ ਖਾ ਜਾਂਦੇ ਆ ਜਦੋਂ ਅਸੀਂ ਕਿਸੇ ਮੁਸੀਬਤ ਨਾਲ ਲੜਦੇ ਆ ਜਾਂ ਕੋਈ ਮਸਲਿਆਂ ਨਾਲ ਲੜਦੇ ਆ ਅਸੀਂ ਹਮੇਸ਼ਾ ਮਸਲਿਆਂ ਨੂੰ ਹੀ ਮੁਖਾਤਬ ਹੁੰਨੇ ਆ ਮਸਲਿਆਂ ਦੇ ਨਾਲ ਲੜਨਾ ਸ਼ੁਰੂ ਕਰ ਦਿੰਨੇ ਆ ਪਰ ਮਸਲੇ ਕਿਸੇ ਹਾਲਾਤ ਚੋਂ ਪੈਦਾ ਹੁੰਦੇ ਆ ਕਿਸੇ ਖਾਸ ਤਰ੍ਹਾਂ ਦੇ ਹਾਲਾਤ ਦੀ ਦੇਣ ਆ ਉਹ ਮਸਲੇ ਅਸਲੀ ਉਹਨਾਂ ਹਾਲਾਤਾਂ ਨੂੰ ਕਦੇ ਮੁਖਾਤਮ ਹੀ ਨਹੀਂ ਹੁੰਦੇ ਉਹਨਾਂ ਦੀ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਸੰਬੋਧਨ ਹੀ ਨਹੀਂ ਕਰਦੇ ਸੋ ਅੱਜ ਜਿਹੜੇ ਮਸਲਿਆਂ ਦੇ ਕਰਕੇ ਅਸੀਂ ਇੱਥੇ ਸਿਰ ਜੋੜ ਕੇ ਬੈਠੇ ਹਾਂ ਜਾਂ ਜਿਨ੍ਹਾਂ ਮਸਲਿਆਂ ਦੇ ਖਿਲਾਫ ਐਡਾ ਵੱਡਾ ਉਭਾਰ ਪੰਜਾਬ 'ਚ ਹਰ ਵਰਗ ਦੀ ਸ਼ਮੂਲੀਅਤ ਨਾਲ ਪੈਦਾ ਹੋਇਆ ਉਹਦੀ ਜੜ ਕਿੱਥੇ ਪਈ ਆ ਉਹਦੀ ਜੜ ਉਹਨਾਂ ਹਾਲਾਤਾਂ 'ਚ ਪਈ ਆ ਜਿੱਥੋਂ ਇਹ ਆਰਡੀਨੈਂਸਿਸ ਪੈਦਾ ਹੋ ਰਹੇ ਆ ਜਿੱਥੋਂ ਇਹ ਮਸਲੇ ਸਾਡੇ ਸਾਹਮਣੇ ਪੈਦਾ ਹੋ ਰਹੇ ਆ ਸਾਨੂੰ ਉਹਨਾਂ ਮਸਲਿਆਂ ਨਾਲ ਨਜਿੱਠਣ ਨੂੰ ਮੈਨੂੰ ਲੱਗਦਾ ਵੀ ਅਸੀਂ ਪਾਰਟੀਬਾਜ਼ੀ ਵੀ ਆਪਸੀ ਧੜੇਬੰਦੀ ਵੀ ਹਉਮੈ ਵੀ ਇਹ ਸਭ ਕੁਛ ਅੰਦਰੂਨੀ ਲੜਾਈ ਨਾਲ ਵੀ ਨਜਿੱਠੀ ਜਾਂਦੇ ਹਾਂ ਅਤੇ ਬਾਹਰਲੀ ਇੱਕ ਬਹੁਤ ਵੱਡੀ ਹੁਕਮਰਾਨ ਧਿਰ ਨਾਲ ਵੀ ਨਜਿੱਠੀ ਜਾਂਦੇ ਹਾਂ ਉਹਨਾਂ ਨਾਲ ਵੀ ਲੜਾਈ ਲੜੀ ਜਾਂਦੇ ਹਾਂ ਸੋ ਸਭ ਤੋਂ ਵੱਡੀ ਜਿਹੜੀ ਖਤਾ ਖਾਣ ਵਾਲੀ ਜਾਂ ਅਸੀਂ ਹਮੇਸ਼ਾ ਖਾਂਦੇ ਰਹੇ ਹਾਂ ਉਹ ਇਹ ਗੱਲ ਆ ਵੀ ਅਸੀਂ ਹਾਲਾਤਾਂ ਨਾਲ ਮੁਖਾਤਮ ਨਹੀਂ ਹੁੰਦੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਖੁਦਮੁਖਤਿਆਰੀ ਦੀ ਗੱਲ ਕੀਤੀ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਹ ਗੱਲ ਕੀਤੀ ਪੰਜਾਬ ਤੋਂ ਸਾਡੇ ਪਾਣੀਆਂ ਨੂੰ ਖੋਹਿਆ ਜਾ ਰਿਹਾ ਜਾਂ ਸਾਡੀ ਵਿਲੱਖਣਤਾ ਦੀ ਗੱਲ ਕੀਤੀ ਜਾਂ ਸੰਤਾਂ ਨੇ ਸੈਕੂਲਰਿਜ਼ਮ ਜਿਹੜਾ ਵਨ ਸਵੰਨਤਾ ਉਹਨੂੰ ਪ੍ਰੋਟੈਕਟ ਕਰਨ ਦੀ ਗੱਲ ਕੀਤੀ ਤਾਂ ਸਾਡੇ 'ਤੇ ਹਮੇਸ਼ਾ ਹੀ ਵੱਖਵਾਦੀ ਅੱਤਵਾਦੀ ਜਾਂ ਸਾਡੇ 'ਤੇ ਦੋਸ਼ ਲੱਗਦੇ ਰਹੇ ਵੀ ਇਹ ਤਾਂ ਖਾਲਿਸਤਾਨੀ ਆ ਜੇ ਝਾਰਖੰਡ 'ਚ ਬੈਠਾ ਸ਼ਿਬੂ ਸੁਰੀਨ ਇਹ ਗੱਲ ਕਰਦਾ ਵੀ ਖੁਦਮੁਖਤਿਆਰੀ ਸਟੇਟ ਕੋਲ ਹੋਣੀ ਚਾਹੀਦੀ ਆ ਝਾਰਖੰਡ ਦੇ ਜਿਹੜੇ ਨੈਚੁਰਲ ਰਿਸੋਰਸਿਸ ਆ ਕੁਦਰਤੀ ਉਹਨਾਂ ਕੋਲ ਜਿਹੜੇ ਤੱਤ ਆ ਉਹਨਾਂ ਨੂੰ ਸਰਕਾਰ ਨੂੰ ਨਹੀਂ ਖੋਣਾ ਚਾਹੀਦਾ ਅਤੇ ਉਹ ਹੌਲੀ ਹੌਲੀ ਉੱਥੇ ਖੇਤਰੀ ਪਾਰਟੀ ਬਣਾ ਕੇ ਸੀਐਮ ਬਣ ਜਾਂਦਾ ਅਸੀਂ ਕੀ ਗਲਤ ਗੱਲ ਕੀਤੀ ਆ ਅਸੀਂ ਖੁਦਮੁਖਤਿਆਰੀ ਦੀ ਸੀ ਗੱਲ ਕਰਦੇ ਹਾਂ ਅਸੀਂ ਉਹੀ ਗੱਲ ਕਰਦੇ ਹਾਂ ਜੋ ਅਮੈਰੀਕਨ ਕੌਂਸਟੀਟਿਊਸ਼ਨ 'ਚ ਵੀ ਕੀਤੀ ਗਈ ਆ ਜੋ ਬ੍ਰਿਟਿਸ਼ ਕੌਂਸਟੀਟਿਊਸ਼ਨ 'ਚ ਵੀ ਕੀਤੀ ਗਈ ਆ ਅਤੇ ਹਿੰਦੁਸਤਾਨ ਦੀ ਕੌਂਸਟੀਟਿਊਸ਼ਨ 'ਚ ਵੀ ਗੱਲ ਕੀਤੀ ਗਈ ਆ ਖੁਦਮੁਖਤਿਆਰੀ ਦੀ ਹਿੰਦੁਸਤਾਨ 'ਚ ਗੱਲ ਕੀਤੀ ਕੌਂਸਟੀਟਿਊਸ਼ਨ 'ਚ ਗੱਲ ਕੀਤੀ ਗਈ ਆ ਫੈਡਰਲਿਜ਼ਮ ਦੀ ਹਿੰਦੁਸਤਾਨ ਦੀ ਕੌਂਸਟੀਟਿਊਸ਼ਨ ਗੱਲ ਕਰਦੀ ਆ ਸੈਕੂਲਰਿਜ਼ਮ ਦੀ ਹਿੰਦੁਸਤਾਨ ਦਾ ਸੰਵਿਧਾਨ ਗੱਲ ਕਰਦਾ ਡੈਮੋਕ੍ਰੇਸੀ ਦੀ ਅਤੇ ਅਸੀਂ ਤਾਂ ਉਸ ਸੰਵਿਧਾਨ ਨੂੰ ਪ੍ਰੋਟੈਕਟ ਕਰ ਰਹੇ ਹਾਂ ਸਾਨੂੰ ਖਾਲਿਸਤਾਨੀ ਕਿਉਂ ਸਾਨੂੰ ਵੱਖਵਾਦੀ ਕਿਉਂ ਵੱਖਵਾਦੀ ਜਾਂ ਜਿਹੜੇ ਅੱਤਵਾਦੀ ਆ ਉਹ ਤਾਂ ਫਿਰ ਉੱਥੇ ਸੰਸਦ 'ਚ ਬੈਠੇ ਆ ਜਿਹੜੇ ਕਾਨੂੰਨ ਬਣਾਈ ਜਾਂਦੇ ਆ ਜਿਹੜੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਮਜ਼ਦੂਰਾਂ ਦੀ ਗੱਲ ਨਹੀਂ ਸੁਣ ਰਹੇ ਸੋ ਜਦੋਂ ਅਸੀਂ ਲੜਾਈ ਲੜਨੀ ਆ ਅੱਜ ਸਾਡੀ ਇਹ ਕੌਮ ਦੀ ਲੜਾਈ ਆ ਪੰਜਾਬ ਦੀ ਲੜਾਈ ਆ ਪੰਜਾਬ 'ਚ ਰਹਿੰਦੀ ਹਰ ਉਸ ਰੂਹ ਦੀ ਲੜਾਈ ਆ ਜਿਹੜੀ ਪੰਜਾਬ ਦੀ ਹੋਂਦ ਖਾਤਰ ਲੜ ਰਹੀ ਆ ਜਾਂ ਪੰਜਾਬ ਦੇ ਧਰਤੀ ਖਾਤਰ ਸਾਡੇ ਲੋਕਾਂ ਖਾਤਰ ਆਪਦੇ ਦਿਲਾਂ ਅੰਦਰ ਆਪਦੇ ਰੂਹਾਂ ਅੰਦਰ ਦਰਦ ਸਾਂਭੀ ਬੈਠੀ ਆ ਸਾਡੀ ਲੜਾਈ ਇੱਕ ਗੱਲ ਅਸੀਂ ਜਿਵੇਂ ਮਿਸਲ ਦੌਰ 'ਚ ਮਿਸਲਾਂ ਮਤਾਂ ਪਗਾ ਲੈਂਦੀਆਂ ਸੀ ਆਪਸੀ ਮਤਭੇਦ ਆਪਸੀ ਵਿਚਾਰਧਾਰਕ ਵਖਰੇਵੇਂ ਹੁੰਦੇ ਸੀ ਪਰ ਮਤਾਂ ਇਹ ਪਗਾਇਆ ਜਾਂਦਾ ਸੀ ਵੀ ਹੁਣ ਬਾਹਰੀ ਹਮਲਾ ਹੋ ਗਿਆ ਬਾਹਰੀ ਹਮਲਾ ਹੋ ਗਿਆ ਦੁਸ਼ਮਣ ਸਾਡਾ ਸਾਨੂੰ ਪਤਾ ਕੌਣ ਆ ਉਦੋਂ ਉਸ ਵੇਲੇ ਦੀ ਹੁਕਮਰਾਨ ਧਿਰ ਆ ਸਾਡੀ ਲੜਾਈ ਇਕੱਠੇ ਹੋ ਕੇ ਉਸ ਹੁਕਮਰਾਨ ਧਿਰ ਦੇ ਖਿਲਾਫ ਆ ਅਸੀਂ ਆਪਸੀ ਵਖਰੇਵੇਂ ਆਪਸੀ ਵਿਚਾਰ ਜਿਹੜੇ ਉਹਨਾਂ 'ਚ ਸਾਡੀ ਕੋਈ ਵਿਚਾਰਧਾਰਕ ਕੋਈ ਮਤਭੇਦ ਆ ਉਹ ਬਾਅਦ 'ਚ ਅਸੀਂ ਨਜਿੱਠ ਲਾਂਗੇ ਹੁਣ ਲੜਾਈ ਹੁਕਮਰਾਨ ਦੇ ਖਿਲਾਫ ਲੜੀਏ ਤਾਂ ਇਸੇ ਕਰਕੇ ਉਸ ਵੇਲੇ ਮਿਸਲ ਕਾਲ 'ਚ ਖਾਲਸੇ ਦੀ ਜਿੱਤ ਹੁੰਦੀ ਸੀ ਕੌਮ ਦੀ ਜਿੱਤ ਹੁੰਦੀ ਸੀ ਅੱਜ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਾਂ ਅਸੀਂ ਆਪਸੀ ਵਖਰੇਵੇਂ ਬਾਅਦ 'ਚ ਨਜਿੱਠ ਲਾਂਗੇ ਇੱਕ ਗੱਲ ਦੀ ਸਪਸ਼ਟਤਾ ਰੱਖਣੀ ਜ਼ਰੂਰੀ ਆ ਇਸ ਵੇਲੇ ਹਿੰਦੁਸਤਾਨ ਦੀ ਹੁਕਮਰਾਨ ਹਿੰਦੁਸਤਾਨ ਦੀ ਸਰਕਾਰ ਨਾਲ ਸਾਡੀ ਲੜਾਈ ਆ ਜਿਹਨੇ ਭਾਰਤੀ ਕੌਮ ਸਿਰਜਣ ਦੀ ਜਿੱਦ ਫੜੀ ਬੈਠੇ ਆ ਪ੍ਰਤੱਖ ਰੂਪ 'ਚ ਸਾਡੇ ਸਾਹਮਣੇ ਆ ਗਈ ਆ ਇਹ ਗੱਲ ਅਤੇ ਪੰਜਾਬ ਕਸ਼ਮੀਰ ਤੋਂ ਬਾਅਦ ਇੱਕ ਇਹੋ ਜਿਹਾ ਸੂਬਾ ਜਿਹੜਾ ਉਹਨਾਂ ਦੀ ਉਸ ਜਿੱਦ ਦੇ ਖਿਲਾਫ ਲੜਦਾ
ਆਪਦੀ ਵਿਲੱਖਣਤਾ ਨੂੰ ਆਪਦੀ ਵਨਸਮਨਤਾ ਨੂੰ ਅਸੀਂ ਪ੍ਰੋਟੈਕਟ ਕਰਦੇ ਆ ਅਸੀਂ ਆਵਾਜ਼ ਵੀ ਬੁਲੰਦ ਕਰਦੇ ਆ ਸਾਡੀਆਂ ਕਲਮਾਂ ਵੀ ਉਹਦੇ ਖਿਲਾਫ ਲਿਖਦੀਆਂ ਇਸ ਕਰਕੇ ਸਾਡੀ ਹੋਂਦ ਦੀ ਲੜਾਈ ਆ ਉਹ ਧਾਰੀ ਬੈਠੇ ਆ ਪੰਜਾਬ ਨੂੰ ਇਹਨਾਂ ਦੀਆਂ ਜ਼ਮੀਨਾਂ ਨਾਲ ਇਹਨਾਂ ਦੀ ਧਰਤੀ ਨਾਲ ਖੋੜ ਦੋ ਇਹਨਾਂ ਦੀਆਂ ਰੂਹਾਂ ਨੂੰ ਖੋੜ ਦੋ ਤੇ ਜੇ ਇੱਕ ਵਾਰੀ ਸਾਡੇ ਪੈਰ ਉਖੜ ਗਏ ਮੁੜ ਕੇ ਸਾਡੇ ਕਿਤੇ ਪੈਰ ਨਹੀਂ ਲੱਗਣੇ ਇਹ ਪੰਜਾਬ ਦੇ ਲੋਕਾਂ ਨੂੰ ਇੱਥੇ ਰਹਿੰਦੇ ਹਰ ਵਰਗ ਨੂੰ ਸਮਝਣ ਦੀ ਜ਼ਰੂਰਤ ਆ ਸੋ ਮੇਰੀ ਬੇਨਤੀ ਆ ਇਸ ਮੰਚ ਦੇ ਥਰੂ ਮੇਰੀ ਬੇਨਤੀ ਆ ਸਾਡੀਆਂ ਪੰਜਾਬ ਦੀਆਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੂੰ ਲੋਕ ਸੁਣਦੇ ਆ ਜਿਨ੍ਹਾਂ ਤੋਂ ਪ੍ਰੇਰਨਾ ਅਤੇ ਸੇਧ ਲੈਂਦੇ ਆ ਵੀ ਇਸ ਲੜਾਈ 'ਚ ਸਾਨੂੰ ਅਗਵਾਹੀ ਕਰਨ ਉਹ ਸਾਡੇ ਅੱਗੇ ਲੱਗਣ ਅਸੀਂ ਨਾਲ ਉਨ੍ਹਾਂ ਹੀ ਜਜ਼ਬੇ ਉਨ੍ਹਾਂ ਜੋਸ਼ ਨਾਲ ਉਨੀ ਦ੍ਰਿੜਤਾ ਨਾਲ ਸਮਰਪਣ ਨਾਲ ਉਹਨਾਂ ਦੇ ਨਾਲ ਆ ਸਾਨੂੰ ਤੁਹਾਡੀ ਅਗਵਾਹੀ ਵੀ ਚਾਹੀਦੀ ਆ ਤੁਹਾਡੇ ਤੋਂ ਸਾਨੂੰ ਗਾਈਡੈਂਸ ਵੀ ਚਾਹੀਦੀ ਆ ਤੁਹਾਡੇ ਕੋਲ ਤਜਰਬਾ ਬਹੁਤ ਆ ਇਤਿਹਾਸ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਇਸ ਖਿੱਤੇ ਦੇ ਲੋਕਾਂ ਨੂੰ ਜਾਣਦੇ ਹੋ ਉਹਨਾਂ ਦੇ ਵਿਵਹਾਰਕ ਜਾਂ ਉਹਨਾਂ ਦੀ ਮਾਨਸਿਕਤਾ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਹੋ ਤਾਂ ਹਰ ਸ਼ਖਸੀਅਤ ਨੂੰ ਜਿਹੜੀ ਪੰਜਾਬ 'ਚ ਬੜੀ ਦੇਣ ਆ ਪੰਜਾਬ ਦੀ ਮਿੱਟੀ ਦੀ ਮਿੱਟੀ ਨੂੰ ਉਸ ਸ਼ਖਸੀਅਤ ਦੀ ਉਹਨਾਂ ਨੂੰ ਬੇਨਤੀ ਆ ਵੀ ਸਾਡੀ ਅਗਵਾਹੀ ਕਰਨ ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਆ ਬੜੀ ਵੱਡੀ ਸਰਕਾਰ ਨਾਲ ਹੁਕਮਰਾਨ ਧਿਰ ਨਾਲ ਅਸੀਂ ਲੜ ਰਹੇ ਹਾਂ ਤੋ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰਾ ਪਿਆਰ ਸਤਿਕਾਰ ਸੰਗਤ ਨੂੰ ਅਤੇ ਸਿੰਘ ਸਾਹਿਬ ਤੁਸੀਂ ਆਏ ਹੋ ਸਾਨੂੰ ਬੜੀ ਹੌਸਲਾ ਅਤੇ ਹੱਲਾਸ਼ੇਰੀ ਦਿੱਤੀ ਆ ਬਹੁਤ ਬਹੁਤ ਪਿਆਰ ਸਤਿਕਾਰ ਅਤੇ ਹਮੇਸ਼ਾ ਹੀ ਤੁਹਾਡੇ ਤੋਂ ਅਸੀਂ ਸਿੱਖਦੇ ਰਹਾਂਗੇ ਅਤੇ ਜੀ ਆਇਆਂ ਨੂੰ ਇੱਕ ਵਾਰੀ ਫਿਰ ਜੀ ਸਤਿ ਸ਼੍ਰੀ ਅਕਾਲ